ਪਾਕਿਸਤਾਨ ਪੰਜਾਬੀ ਕੌਮ ਪ੍ਰਸਤਾ ਦੇ ਸਭ ਤੋਂ ਵੱਡੇ ਨੈਟਵਰਕ ਪੰਜਾਬੀ ਨੈਸ਼ਨਲਿਸਟ ਫੋਰਮ ਵੱਲੋਂ ਜੀ ਹਾਂ ਨੂੰ ਅੱਜ ਦਾ ਜਿਹੜਾ ਸਾਡਾ ਮوضوع ਹੈ ਉਹ ਹੈ ਸਿਆਸੀ ਸਲਾਈਏ ਦਾ ਤਨਜ਼ੀਮ ਤੇ ਬਿਆਨੀਆਂ ਤੋਂ ਬਗੈਰ ਸਿਆਸੀ ਫਾਇਦਾ ਨਹੀਂ ਹੋਇਆ ਕਰਦਾ ਬੀਜੇ ਬਹੁਤ ਚੰਗਾ ਵੀ ਹੋਵੇ ਤਾਂ ਵੀ ਜੇ ਬੀਨ ਉਹ ਜ਼ਮੀਨ 'ਚ ਬੀਜਿਆ ਨਾ ਜਾਵੇ ਤੇ ਬੀ ਫੁੱਟ ਨਹੀਂ ਮਾਰਦਾ ਬੀਜੇ ਬਹੁਤ ਚੰਗਾ ਵੀ ਹੋਵੇ ਤਾਂ ਵੀ ਜੇ ਜ਼ਮੀਨ ਚੰਗੀ ਨਾ ਹੋਵੇ ਤੇ ਬੀ ਚੰਗੀ ਤਰ੍ਹਾਂ ਫੁੱਟ ਨਹੀਂ ਮਾਰਦਾ ਜ਼ਮੀਨ ਦੇ ਚੰਗੇ ਹੋਣ ਲਈ ਜ਼ਮੀਨ ਨੂੰ ਚੰਗਾ ਫਾਇਦਾ ਦੇਣ ਵਾਲੀ ਕਰਨਾ ਜ਼ਰੂਰੀ ਹੁੰਦਾ ਹੈ ਜ਼ਮੀਨ ਨੂੰ ਚੰਗੀ ਖਾਦ ਤੋਂ ਬਿਨਾਂ ਚੰਗਾ ਫਾਇਦਾ ਦੇਣ ਵਾਲੀ ਨਹੀਂ ਕੀਤਾ ਜਾ ਸਕਦਾ ਇਹ ਜੀ ਬੰਦੇ ਦੀ ਸਿਆਸੀ ਸلاحiyet ਦੇ ਨਾਲ ਹੁੰਦਾ ਹੈ ਬੰਦੇ ਦੀ ਸਿਆਸੀ ਸلاحiyet ਨੂੰ ਜੇ ਵੀ ਸਮਝਿਆ ਜਾਵੇ ਤਨਜ਼ੀਮ ਨੂੰ ਜ਼ਮੀਨ ਸਮਝਿਆ ਜਾਵੇ ਜ਼ਮੀਨ ਨੂੰ ਫਾਇਦਾ ਦੇਣ ਵਾਲੀ ਕਰਨ ਵਾਲੀ ਖਾਦ ਨੂੰ ਬਿਆਨੀਆਂ ਸਮਝਿਆ ਜਾਵੇ ਤਾਂ ਫੇਰ ਗੱਲ ਸਮਝ ਆ ਜਾਂਦੀ ਹੈ ਕਿ ਬੰਦੇ 'ਚ ਜੇ ਬਹੁਤ ਚੰਗੀ ਸਿਆਸੀ ਸلاحiyet ਹੋਵੇ ਤਾਵੇਂ ਜੇ تنਜ਼ੀਮ ਨਾ ਹੋਵੇ ਤੇ ਸਿਆਸੀ ਸਲਾਹਯਤ ਫੋਟ ਨਹੀਂ ਮਾਰਦੀ ਬੰਦੇ ਜੇ ਬਹੁਤ ਚੰਗੀ ਸਿਆਸੀ ਸਲਾਹਯਤ ਹੋਵੇ ਤਾਂ ਵੀ ਜੇ تنਜ਼ੀਮ ਚੰਗੀ ਨਾ ਹੋਵੇ ਤੇ ਸਿਆਸੀ ਸਲਾਹਯਤ ਚੰਗੀ ਤਰ੍ਹਾਂ ਫੋਟ ਨਹੀਂ ਮਾਰਦੀ تنਜ਼ੀਮ ਦੇ ਚੰਗਾ ਹੋਣ ਲਈ تنਜ਼ੀਮ ਨੂੰ ਚੰਗਾ ਫਾਇਦਾ ਦੇਣ ਵਾਲੀ ਕਰਨਾ ਜ਼ਰੂਰੀ ਹੁੰਦਾ ਹੈ تنਜ਼ੀਮ ਨੂੰ ਚੰਗੇ ਬਿਆਨੀਆਂ ਤੋਂ ਬਗੈਰ ਚੰਗਾ ਫਾਇਦਾ ਦੇਣ ਵਾਲੀ ਨਹੀਂ ਕਿਹਾ ਜਾ ਸਕਦਾ ਮਤਲਬ ਇਹ ਹੋਇਆ ਕਿ ਚੰਗੀ ਸਿਆਸੀ ਸਲਾਹੀਏ ਦਾ ਚੰਗੀ ਤਨਜ਼ੀਮ ਤੇ ਚੰਗੇ ਬਿਆਨੀਆਂ ਤੋਂ ਬਗੈਰ ਚੰਗੀ ਤਰ੍ਹਾਂ ਸਿਆਸੀ ਫਾਇਦਾ ਨਹੀਂ ਹੋਇਆ ਕਰਦਾ